ਜਦੋਂ ਅਸੀਂ ਪਹਿਲੇ ਦਿਨ ਚਰਚ ਦੇ ਵਿੱਚ ਆਈਏ ਵੀਰਵਾਰ ਦੀ ਪ੍ਰਾਰਥਨਾ ਦੇ ਵਿੱਚ ਜਦੋਂ ਅਸੀਂ ਆਰਾਧਨਾ ਕਰ ਬੈਠੇ ਪ੍ਰਚਾਰ ਦਾ ਟਾਈਮ ਉਹਦੇ ਲਈ ਪ੍ਰਾਰਥਨਾ ਕਰ ਰਹੇ ਅਸੀਂ ਕੀ ਹੋਇਆ ਕਿ ਦੁਸ਼ਟ ਆਤਮਾ ਜਿਹੜਾ ਇਹਦੇ ਉੱਪਰ ਜ਼ਾਹਿਰ ਸੀਗਾ ਦੁਸ਼ਟ ਆਤਮਾ ਕੀ ਸੀਗਾ ਜ਼ਾਹਿਰ ਸੀਗਾ ਉਹ ਫਿਰ ਮੈਨੂੰ ਕਿਸੇ ਨੇ ਦੱਸਿਆ ਕਹਿੰਦੇ ਮਾਤਾ ਸਾਹਿਬ ਉਹ ਦੇਖੋ ਤੁਸੀਂ ਪ੍ਰਚਾਰ ਸ਼ੁਰੂ ਕਰਨ ਲੱਗੇ ਉਹਦਾ ਕੰਮ ਹੋਇਆ ਫਿਰ ਜਾ ਕੇ ਇਹਦੇ ਲਈ ਪ੍ਰਾਰਥਨਾ ਕੀਤੀ ਗਿਣਤੀ ਦੇ 3 ਮਿੰਟ ਲੱਗੇ ਆ ਦੁਸ਼ਟ ਆਤਮਾ ਨੂੰ ਛੱਡ ਕੇ ਚਲਾ ਜਾ ਅੱਜ ਬੱਚੀ ਆਜ਼ਾਦ ਪ੍ਰਭੂ ਦੀ ਮਹਿਮਾ ਕਰਨੀ